ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਔਰ ਸਾਰੇ ਹੀ ਜੋ ਵੱਖ ਵੱਖ ਦੇਸ਼ਾਂ ਦੇ ਰਾਜਦੂਤ ਸੀ 90 ਦੇ ਤਕਰੀਬਨ ਅੱਜ ਇੱਥੇ ਪਹੁੰਚੇ ਨੇ ਔਰ ਭਾਰਤ ਸਰਕਾਰ ਨੇ ਸਾਰਾ ਇਹਨਾਂ ਦਾ ਇੰਤਜ਼ਾਮ ਕੀਤਾ ਦੀ ਪੁਰੀ ਸਾਹਿਬ ਜਿਹੜੇ ਸਾਡੇ ਕੈਬਨਿਟ ਮੰਤਰੀ ਨੇ ਉਹ ਵੀ ਇਹਨਾਂ ਦੇ ਨਾਲ ਆਏ ਸੀ ਤੋ ਉਹਨੇ ਬੜੇ ਦਰਸ਼ਨ ਕਰਕੇ ਦਰਬਾਰ ਸਾਹਿਬ ਦਰਸ਼ਨ ਕੀਤੇ ਉਹਨਾਂ ਨੇ ਬੜੇ ਖੁਸ਼ ਹੋਏ ਨੇ ਸਾਰੇ ਕਹਿੰਦੇ ਬੜੀ ਸ਼ਾਂਤੀ ਮਿਲੀ ਹੈ ਮੈਂ ਸਦਾ ਕਿ ਪਹਿਲੀ ਵਾਰ ਹੋਇਆ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਸਾਰੇ ਅੰਬੈਸਡਰ ਜਿਹੜੇ ਸੀ ਆਏ ਹੋਣ ਅਤੇ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਗੁਰੂ ਨਾਨਕ ਦੇਵ ਸਾਹਿਬ ਦੀ ਜੀਵਨੀ ਦੇ ਉੱਤੇ ਜੋ ਉਹਨਾਂ ਦੀਆਂ ਸਿੱਖਿਆਵਾਂ ਨੇ ਉਹਨਾਂ ਦੀਆਂ ਬੁੱਕਾਂ ਜਿਹੜੀਆਂ ਸੀਆਂ ਉਹ ਵੀ ਸਾਰੀਆਂ ਨੂੰ ਦਿੱਤੀਆਂ ਗਈਆਂ ਨੇ ਸੋ ਇਹ ਸਾਰੇ ਹੀ ਅੰਬੈਸਡਰ ਨੇ ਜਾ ਕੇ ਲੰਗਰ ਦੇ ਵਿੱਚ ਬੈਠ ਕੇ ਪੰਗਰ ਦੇ ਵਿੱਚ ਬੈਠ ਕੇ ਸਾਰਿਆਂ ਨੇ ਲੰਗਰ ਛਕਿਆ ਜੋ ਸਾਡੀ ਮਰਿਆਦਾ ਹੈ ਇਹਨਾਂ ਮਰਿਆਦਾ ਤੋਂ ਜਾਣੂ ਕਰਵਾਇਆ ਗਿਆ ਸਾਰਿਆਂ ਨੂੰ ਸੋ ਬਹੁਤ ਖੁਸ਼ੀ ਹੋਈ ਹੈ ਇਸ ਗੱਲ ਦੀ ਉੱਤੇ ਸੋ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਗਿਆ ਉਹਦੇ ਵਿੱਚ ਇੱਕ ਤਾਂ ਸਾਡਾ ਗੋਲਡਨ ਜਿਹੜਾ ਸੁਨਹਿਰੀ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਦਿੱਤਾ ਗਿਆ ਹੈਗਾ ਨਾਲ ਸਿਰੋਪਾ ਦਿੱਤਾ ਗਿਆ ਨਾਲ ਕੁਝ ਬੁੱਕਸ ਦਿੱਤੀਆਂ ਗਈਆਂ ਨੇ ਜੋ ਗੁਰੂ ਨਾਨਕ ਦੇਵ ਸਾਹਿਬ ਦੇ ਜੀਵਨੀ ਅਤੇ ਉਹਨਾਂ ਦੀਆਂ ਵਿਚਾਰਧਾਰਾ ਦੇ ਨਾਲ ਸੰਬੰਧਿਤ ਨੇ I am just giving you the background and thereafter our honorable minister will speak. I am Vinay Sahasrabuddhe, I am president of the ICCR. Hindi mein bole angrezi mein hindi mein better hindi mein bolenge bharatiya sanskritik sambandh parishad yani indian council for cultural relations ke madhyam se आज भारत में जितने सारे विदेश प्रतिनिधि विदेशी राजदूत हैं ऐसे सारे राजनयिकों को हमने वाहे गुरु का खालसा वाहे गुरु की फतेह की आवाज़ जहां पर बुलंद होती है ऐसे इस गोल्डन टेंपल में हर मंदिर के दर्शन के लिए निमंत्रण दिया था और हमारे देश में जो उपस्थित है ऐसे 90 लगभग राजनयिक आज यहाँ पर उपस्थित हुए हैं सुबह से स्पेशल फ्लाइट से उनको लाया गया और दिन भर में उन्होंने गोल्डन टेंपल परिसर का बहुत अच्छे से अध्ययन किया आनंद लिया यहाँ पर लंगर में वो सहभागी हुए मत्था टेका और अभी सरोपा लेकर इस पूरी यात्रा का समापन होगा इस पूरी यात्रा के कार्यक्रम में हमारा नेतृत्व कर रहे थे हमारे आदरणीय मंत्री केंद्रीय मंत्री श्रीमान हरदीप सिंह पुरी जी तो पुरी जी आपको इसके बारे में विस्तार से जानकारी देंगे कितने सर इस बार जो है इसमें जो है देखो इन जगह ये शॉर्ट नोटिस से सारा प्रोग्राम बनाया गया है पंजाबी बोल दो यार मनो थोड़ी ज्यादा दिल्ली बोलनी पड़ती है यार पंजाबी बोल अच्छा अच्छा नहीं नहीं ऐसा है अच्छा मैं हिंदी में भी बोल लेता हूँ ये पहले तो मैं हमारे जो इंडियन काउंसिल कल्चरल रिलेशन के अध्यक्ष हैं विनय जी उनका मैं उनको बहुत बहुत धन्यवाद दिल से देना चाहता हूँ क्योंकि इन्होंने ये इनिशिएटिव लिया और ये जहाँ तक मुझे पता है एक 4-5 दिन के अंदर एक शानदार कार्यक्रम ये तैयार हुआ इसमें पहली बार ऐतिहासिक ये प्रोग्राम हैगा
ਦਿੱਲੀ 'ਚੋਂ ਕੋਈ 90 ਅੰਬੈਸਡਰਸ ਇਸ ਡੈਲੀਗੇਸ਼ਨ 'ਚ ਆਏ ਨੇ। ਇਹਨਾਂ 'ਚੋਂ ਕਈ ਤਾਂ ਇਹੋ ਜਿਹੇ ਹੈਗੇ ਜਿਹੜੇ ਪਿਛਲੇ ਕੋਈ 10-11 ਵਾਰ ਵੀ ਆ ਚੁੱਕੇ ਨੇ, ਪਰ ਕੁਛ ਜਿਹੜੇ ਬੜੇ ਪਹਿਲੀ ਵਾਰ ਆਏ ਨੇ, ਅਤੇ ਬਹੁਤ ਹੀ ਮੈਂ ਸਮਝਦਾ ਸਿਰਫ ਅਨਪ੍ਰੈਸੀਡੈਂਟਡ ਨਹੀਂ ਹੈ, ਹਿਸਟੋਰਿਕ ਹੈਗਾ। ਪਰ ਇਹਦੇ 'ਚ ਐਜ਼ ਵੀ ਆਰ ਸੈਲੀਬ੍ਰੇਟਿੰਗ ਦਾ 550th ਬਰਥ ਐਨੀਵਰਸਰੀ, ਇਹ ਬੜਾ ਇੱਕ ਸ਼ਾਨਦਾਰ ਇਨੀਸ਼ੀਏਟਿਵ ICCR ਨੇ ਲਿੱਤਾ, ਅਤੇ ਇਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਇਹਨੇ ਜੀ ਦਾ। ਉਹ ਯਾਰ ਐਸਾ ਹੈ ਕਈ ਕਾਰਿਕ੍ਰਮ ਹੋਤੇ ਹੈ, ਅਬ ਇਹ ਹਮ ਨਿਮੰਤਰਣ ਪੱਤਰ ਸਭਕੋ ਦੇਤੇ ਹੈ, ਕੋਈ ਕਿਸੀ ਦਿਨ ਵਿਅਸਤ ਹੋ ਜਾਂ ਅਲਗ ਸੇ ਆਏਗਾ, ਅਬ ਇਨ ਬਾਤੋਂ ਮੇਂ ਕਿਉਂ ਪੜ੍ਹਤੇ ਹੋ, ਜੋ 90 ਆਏ ਉਨਕਾ ਆਪ ਸਵਾਗਤ ਕਰੀਏ। ਬੜੇ 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 ਪ੍ਰੋਗਰਾਮ ਜਦੋਂ ਪਰ ਸਾਰਿਆਂ ਨੂੰ ਬੁਲਾਇਆ ਸੀ ਯਾਰ, ਸਾਰਿਆਂ ਨੂੰ ਬੁਲਾਇਆ ਸੀ। ਇੰਝ ਹੈਗਾ ਕਿ ਜਦੋਂ ਦੇ ਵਿਨੇ ਜੀ ਅਧਿਆਕਸ਼ ਬਣੇ ਨੇ ICCR ਦੇ, ਇਹ ਜਦੋਂ ਕੁੰਭ ਮੇਲਾ ਹੋਇਆ ਸੀ ਤੁਹਾਨੂੰ ਯਾਦ ਹੈ ਵਿੱਚ ਵਾਰਾਣਸੀ 'ਚ, ਉੱਥੇ ਵੀ ਲੈ ਕੇ ਗਏ ਸੀ, ਅਤੇ ਇਹ ਤਾਂ ਇਹਨਾਂ ਦਾ ਇਨੀਸ਼ੀਏਟਿਵ ਹੈ। ਪਰ ਤੁਹਾਨੂੰ ਇਹ ਵੀ ਮੈਂ ਯਾਦ ਕਰਵਾਉਣਾ ਚਾਹਾਂਗਾ ਕਿ 22 ਨਵੰਬਰ 2018 ਇੱਕ ਕਮੇਟੀ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਬਣਾਈ ਸੀਗੀ ਰਾਜਨਾਥ ਜੀ ਦੇ ਮਾਨਯ ਰਾਜਨਾਥ ਜੀ ਦੇ ਅਧਿਅਕਸ਼ਤਾ ਵਿੱਚ, ਉਹਨਾਂ ਨੇ ਕੁਝ ਰਿਕਮੈਂਡੇਸ਼ਨ ਦਿੱਤੀਆਂ ਸੀਗੀਆਂ, ਅਤੇ ਕੈਬਨਿਟ ਨੇ 22 ਨਵੰਬਰ ਪਿਛਲੇ ਸਾਲ ਇਹ ਅਪਰੂਵ ਕੀਤੀਆਂ ਸਨ, ਅਤੇ ਬੜੀ ਵਧੀਆ ਤਰੀਕੇ ਨਾਲ, ਸ਼ਾਨਦਾਰ ਤਰੀਕੇ ਨਾਲ ਜਿਹੜੀ ਗੁਰੂ ਨਾਨਕ ਮਹਾਰਾਜ ਜੀ ਦੀਆਂ ਬਰਥ ਐਨੀਵਰਸਰੀ ਸੈਲੀਬ੍ਰੇਸ਼ਨ ਸੀਗੀਆਂ ਉਹ ਮਨਾਈਆਂ ਜਾ ਰਹੀਆਂ ਨੇ। ਤੁਹਾਨੂੰ ਪਤਾ ਹੈ 9 ਤਰੀਕ ਇੱਕ ਫੰਕਸ਼ਨ ਹੈਗਾ ਡੇਰਾ ਬਾਬਾ ਨਾਨਕ ਕਰਤਾਰਪੁਰ ਲਹਿੰਗਾ ਦਾ ਖੁੱਲ੍ਹਣ ਦਾ ਉਹ ਹੈਗਾ ਇੱਕ ਫੰਕਸ਼ਨ ਹੈਗਾ, ਫਿਰ ਸੁਲਤਾਨਪੁਰ ਲੋਧੀ 'ਚ ਹੋਏਗਾ, ਫਿਰ ਦੁਨੀਆ ਭਰ 'ਚ ਕਈ ਜਗ੍ਹਾ ਹੋ ਰਹੇ ਨੇ, ਨੇਪਾਲ 'ਚ ਬੜਾ ਸ਼ਾਨਦਾਰ ਕਾਰਿਕ੍ਰਮ ਹੋਇਆ, ਹੋਰ ਕੈਨੇਡਾ US ਸਭ ਜਗ੍ਹਾ ਹੋ ਰਿਹਾ। ਹੋਰ ਤੁਸੀਂ ਸਭ ਠੀਕ ਠਾਕ ਹੋ? ਯਾਰ ਤੁਸੀਂ ਇਹ ਪਾਕਿਸਤਾਨ ਨੂੰ $20 ਦੀ ਜ਼ਰੂਰਤ, ਤੁਸੀਂ ਪਾਕਿਸਤਾਨ ਨੂੰ ਪੁੱਛੋ ਮਨੂ ਕਿ ਉਹਦੇ ਬਾਰੇ ਪੁੱਛੋ। ਨਹੀਂ ਇੰਝ ਹੈਗਾ ਜਦ ਤੱਕ ਦੇਖੋ, ਪਹਿਲੇ ਮੇਰਾ ਮਹਿਕਮਾ ਨਹੀਂ ਹੈਗਾ, ਮੇਰਾ ਮਹਿਕਮਾ ਹਾਊਸਿੰਗ ਸਿੱਖ। ਮੈਂ ਸਮਝਦਾ ਜਦੋਂ ਵੀ ਕੋਈ ਤੁਸੀਂ ਸਹੂਲਤਾਂ ਦਿੰਦੇ ਹੋ, ਕੋਈ ਕੁਝ ਹਿੰਦੀ ਮੈਂ ਸੁਵਿਧਾ ਆਪ ਦੇਤੇ ਹੋ ਪਿਲਗ੍ਰਿਮਸ ਕੋ, ਤੇ ਹਮੇ ਆਸਾਨ ਕਰਨਾ ਚਾਹੀਏ। ਤੋ ਅੱਛਾ ਯਹੀ ਹੋਗਾ ਕਿ ਕਿਸੀ ਪਿਲਗ੍ਰਿਮ ਕੋ ਆਪ ਜੈਸੇ ਯਹਾਂ ਪੇ ਦੇਖੀਏ ਦਰਬਾਰ ਸਾਹਿਬ ਮੈਂ ਸਭ ਸੇਵਾ ਸੇ ਹੋਤਾ ਹੈ, ਆਪਕੋ ਯਹਾਂ ਪੇ ਐਂਟਰੀ ਟਿਕਟ ਤੋਂ ਨਹੀਂ ਲਗਾਤੇ ਹੈ, ਤੋ ਅਗਰ ਹਮਾਰੇ ਵਹਾਂ ਗੁਰਦੁਆਰਾ ਸਾਹਿਬ ਜੋ ਹੈ ਕਰਤਾਰਪੁਰ ਸਾਹਿਬ ਜਾਏਂਗੇ, ਅੱਛਾ ਰਹੇਗਾ ਅਗਰ ਪਾਕਿਸਤਾਨੀ ਪਰ ਇਹ ਨਿਰਣੈ ਉਨਕੋ ਕਰਨਾ ਹੈ। ਮੇਰਾ ਲਗਤਾ ਮੁਝੇ ਇਸ ਪੇ ਬਿਆਨ ਹੈ, ਅਬ ਮੈਂ ਆਪ ਸ਼ਬਦ ਆਪ ਇਸਤੇਮਾਲ ਕਰ ਰਹੇ ਹੈ, ਅਬ ਮੇਰੇ ਮੂੰਹ ਮੇਂ ਡਾਲ ਰਹੇ ਹੈ ਸ਼ਬਦ ਗਲਤ ਬਾਤ। ਪਾਕਿਸਤਾਨੀ ਨੂੰ ਤੁਸੀਂ ਪੁੱਛੋ, ਮੈਂ ਤਾਂ ਕਹਾਂਗਾ ਕੇਂਦਰ ਸਰਕਾਰ ਦੇ ਜੋ ਕੇਂਦਰ ਸਰਕਾਰ ਨੇ ਕਰਨਾ ਸੀ ਉਹ ਕਰਤਾ, ਜ਼ਮੀਨ ਲੈ ਕੇ ਲਹਿੰਗਾ ਬਣਾਤਾ, ਹੋਰ ਸਾਡੇ ਕੋਲੋਂ ਜੋ ਵੀ ਜ਼ਰੂਰੀ ਹੋਏਗਾ। ਗਡਕਰੀ ਸਾਹਿਬ ਆਏ ਸੀਗੇ ਤੁਹਾਨੂੰ ਯਾਦ ਹੋਏਗਾ, ਡੇਰਾ ਬਾਬਾ ਨਾਨਕ ਮੈਂ ਵੀ ਸੀਗਾ ਉਸ ਵਕਤ, ਕੈਪਟਨ ਸਾਹਿਬ ਵੀ ਸੀਗੇ, ਤਾਂ ਉਸ ਵਕਤ ਜੋ ਕਹਿ ਕੇ ਗਏ ਸੀ ਸਾਰੇ, ਅਸੀਂ ਕੇਂਦਰ ਸਰਕਾਰ ਨੇ ਆਪਣੀ ਤਰਫੋਂ ਤਾਂ ਸਾਰਾ ਕੰਮ ਕਰਤਾ। ਜਿਸ ਤਰ੍ਹਾਂ ਦਾ ਅੱਜ ਇੰਟਰਨੈਸ਼ਨਲ ਲੈਵਲ 'ਤੇ ਇਨੀਸ਼ੀਏਟਿਵ
ਕੀਤਾ ਗਿਆ ਹੋਰ ਇਸ ਤਰ੍ਹਾਂ ਦੇ ਕੀ ਪ੍ਰੋਗਰਾਮ? ਬੜੇ ਪ੍ਰੋਗਰਾਮ ਹੈਗੇ ਮਹਾਰਾਜ, ਤੁਸੀਂ ਦੇਖੋ 22 ਨਵੰਬਰ ਦਾ ਡਿਸੀਜਨ ਦੇਖੋ, 22 ਨਵੰਬਰ ਦਾ ਡਿਸੀਜਨ ਦੇਖੋ। ਅੱਛਾ, ਸਿਰਫ ਅਸੀਂ ਨਹੀਂ ਕਰ ਰਹੇ, ਸਾਡੀ ਸਰਕਾਰ ਨਹੀਂ ਕਰ ਰਹੇ, ਬਾਕੀ ਦੇਸ਼ ਦੀ ਸਰਕਾਰ ਵੀ ਕਰ ਰਹੇ ਹੋ। ਉਹ ਨੇਪਾਲ ਨੇ ਸਿੱਕਾ ਕੋਇਨਸ ਦੇ ਬੜੇ ਲੋਕ ਇਸ਼ੂ ਕਰਦੇ ਨੇ, ਬੜੀਆਂ ਕੰਟਰੀ, ਉਹਨਾਂ ਨੇ ਇਹਨੂੰ ਲੀਗਲ ਟੈਂਡਰ ਵੀ ਬਣਾਤਾ। ਅੱਛਾ, ਬਾਕੀ ਆਸਟ੍ਰੇਲੀਆ ਦੇ ਕਈ ਰੀਜਨਲ ਪਾਰਲੀਮੈਂਟਸ ਵਿੱਚ ਫੰਕਸ਼ਨਸ ਹੋਈਆਂ ਨੇ, ਅਮਰੀਕਾ, ਕੈਨੇਡਾ, ਬਹੁਤ ਫੰਕਸ਼ਨਸ ਹੋ ਰਹੀਆਂ ਨੇ। ਮਤਲਬ ਸੀਨੀਅਰ ਕੋਲੀਗ ਹੈ ਕੈਬਿਨੇਟ ਮੇ, ਕਾਉਂਸਲ ਆਫ ਮਿਨਿਸਟਰ ਮੇ, ਉਹਨੇ ਜੋ ਕਹਾ, ਮੈਂ ਉਸ ਪਰ ਮੇਰੀ ਟਿੱਪਣੀ ਦੇਣਾ ਠੀਕ ਨਹੀਂ ਹੋਗਾ, ਸਮਝੇ ਨਾ, ਬਾਕੀ ਮੈਨੇ ਆਪਣੇ ਬੋਲ ਦਿਆ। ਬਹੁਤ ਬਹੁਤ ਧੰਨਵਾਦ, ਠੀਕ ਠਾਕ ਹੋ? ਸੋਨਿਆਲ ਬੁਲੇ ਸੋਨਿਆਲ ਬੁਲੇ ਸੋਨਿਆਲ ਬੁਲੇ ਸੋਨਿਆਲ ਬੁਲੇ ਸੋਨਿਆਲ ਖੇਡੋ ਖੇਡੋ ਸਰ 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 ਪੁਰੀ ਸਾਹਿਬ ਪੁਰੀ ਸਾਹਿਬ ਸਾਹਮਣੇ ਵੇਖ ਕੇ ਦੇਖਦਾ ਹੈ। ਹਲੋ ਹਲੋ ਯਾਰ, ਮੈਨੂੰ ਉਹਨਾਂ ਦੇ ਉੱਤੇ ਕੇ ਸੁੱਟ ਦੇਣ ਗਏ ਸਰ ਸਰ। Thank you.
ਉਦੋਂ ਬਾਅਦ ਪੁਰੀ ਨੇ ਚੰਗੀ ਪਈ ਉੱਥੇ